ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਹਰਭਜਨ ਮਾਨ ਇੱਕ ਅਜਿਹੇ ਪੰਜਾਬੀ ਸਿੰਗਰ ਜਿਨ੍ਹਾਂ ਦੇ ਗਾਏ ਹੋਏ ਗੀਤ ਸਾਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੋੜੀ ਰੱਖਦੇ ਨੇ। ਹਰਭਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ। ਇਹ ਇਨਫੋਰਮੇਸ਼ਨ ਹੈ ਹਰਭਜਨ ਮਾਨ ਦੀ ਨਵੀਂ ਆਉਣ ਵਾਲੀ ਐਲਬਮ ਮੇਰੀ ਪਸੰਦ ਦੀ। ਹਰਭਜਨ ਮਾਨ ਨੇ ਆਪਣੀ ਇਸ ਨਵੀਂ ਐਲਬਮ ਦੀ ਇਨਫੋਰਮੇਸ਼ਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਐਲਬਮ ਦੀ ਫਰਸਟ ਲੁੱਕ ਨੂੰ ਸ਼ੇਅਰ ਕਰਕੇ ਦਿੱਤੀ ਹੈ। ਇਸ ਐਲਬਮ ਦੀ ਫਰਸਟ ਲੁੱਕ ਨੂੰ ਸ਼ੇਅਰ ਕਰਦਿਆਂ ਹਰਭਜਨ ਮਾਨ ਲਿਖਦੇ ਨੇ, ਆਦਰਯੋਗ ਤੇ ਪਿਆਰੇ ਸਰੋਤਿਓ, ਆਪ ਸਭ ਨਾਲ ਇਹ ਜਾਣਕਾਰੀ ਸਾਂਝੇ ਕਰਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਪੂਰੀ ਜਾਣਕਾਰੀ ਜਲਦ ਸਾਂਝੀ ਕਰਾਂਗਾ। ਹਰਭਜਨ ਮਾਨ ਦੇ ਗਾਏ ਹੋਏ ਗੀਤ ਉਹਨਾਂ ਦੇ ਫੈਨਸ ਬੇਹੱਦ ਪਸੰਦ ਕਰਦੇ ਨੇ, ਬਟ ਤੁਹਾਨੂੰ ਕਿੰਨੀ ਕੁ ਉਡੀਕ ਹੈ ਹਰਭਜਨ ਮਾਨ ਦੀ ਇਸ ਨਵੀਂ ਐਲਬਮ ਮੇਰੀ ਪਸੰਦ ਦੀ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਅਤੇ ਨਵੇਂ ਦੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ।